ਪੰਜਾਬ ਵਿੱਚ ਨਹਿਰੀ ਅਤੇ ਦਰਿਆਈ ਪਾਣੀਆਂ ਨੂੰ ਗੰਦਲਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀ ਤਾਜ਼ਾ ਮਿਸਾਲ ਇਸ ਵੀਡੀਓ ਵਿੱਚ ਵੇਖਣ ਨੂੰ ਮਿਲੀ। ਲੁਧਿਆਣਾ ਦੇ ਦੋਰਾਹਾ ਨੇੜੇ ਸਿਧਵਾ ਨਹਿਰ 'ਚ ਸਵਾਹ ਵਰਗੇ ਕਾਲੇ ਪਦਾਰਥ ਦੀਆਂ ਬੋਰੀਆਂ ਸੁੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਹਿਰੀ ਵਿਭਾਗ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਬਰਿੰਦਰਪਾਲ ਸਿੰਘ ਨੇ ਕਿਹਾ ਕਿ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ 5 ਸਾਲ ਦੀ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਉੱਥੇ ਹੀ ਪ੍ਰਸ਼ਾਸਨ ਦੀ ਕਾਰਵਾਈ ਨੂੰ ਵੇਖਦਿਆਂ ਵੀਡੀਓ ਵਿੱਚ ਵਿਖਾਈ ਦੇ ਰਹੇ ਰਾਜੀਵ ਜੈਨ ਨੇ ਵੀ ਆਪਣੀ ਗਲਤੀ ਮੰਨ ਲਈ ਅਤੇ ਪ੍ਰਸ਼ਾਸਨ ਤੋਂ ਮਾਫ਼ੀ ਮੰਗੀ ਹੈ। ਅਸੀਂ ਪੁਲਿਸ ਨੂੰ ਲਿਖ ਕੇ ਦੇ ਦਿੱਤਾ ਵੀ ਇਹ ਜੋ ਵੀ ਹੈਗੀ ਹੈ ਕਨਾਲ ਐਕਟ ਦੇ ਅਧੀਨ ਇਹ ਇੱਕ ਓਫੈਂਸ ਹੈਗਾ, ਇਹਦੇ 'ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ। ਉਹ ਪੁਲਿਸ ਹੈ ਜਿਹੜੀ, ਉਹ ਮੇਰੀ ਹੁਣ ਵੀ ਗੱਲ ਹੋਈ ਹੈ ਅਤੇ ਦੇ ਆਰ ਡੂਇੰਗ ਦੇਅਰ ਡਿਊਟੀ। ਇਫ ਪ੍ਰੂਵਡ ਵੀ ਉਹਨੂੰ 5 ਸਾਲ ਦੀ ਜੇਲ੍ਹ ਹੋ ਸਕਦੀ ਹੈ, ਫਾਈਨ ਹੋ ਸਕਦਾ ਜਾਂ ਦੋਨੋਂ ਵੀ ਹੋ ਸਕਦੇ ਨੇ। ਹਾਂ, ਅਸੀਂ ਇਹ ਰਿਕੁਐਸਟ ਕਰਦੇ ਹਾਂ ਸਾਰੇ ਸਿਟੀਜ਼ਨਸ ਨੂੰ, ਲੁਧਿਆਣੇ ਦੇ ਸਾਰੇ ਰਿਸਪੈਕਟੇਬਲ ਸਿਟੀਜ਼ਨਸ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਵੀ ਵਾਟਰ ਬੋਡੀਜ਼ ਦੇ ਵਿੱਚ ਇੱਦਾਂ ਨਾ ਸਿੱਟੋ। ਤੁਸੀਂ ਹੁਣ ਵੀ ਜਾ ਕੇ ਦੇਖੋ, ਨਹਿਰ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਸਿੱਟੇ ਹੋਏ ਨੇ, ਗੰਦੇ ਨੇ। ਜੇ ਤੁਸੀਂ ਸਾਨੂੰ ਸਹਿਯੋਗ ਕਰੋਗੇ ਤੇ ਅਸੀਂ ਇਸ ਜਿਹੜੀ ਮੀਨੈਂਸ ਆ ਇਹਨੂੰ ਟੋਟਲੀ ਸਿਟੀ ਚੋਂ ਬਾਹਰ ਕੱਢਣੀ ਚਾਹੁੰਦੇ ਹਾਂ। ਸਾਨੂੰ ਇਸ ਗੱਲ ਦਾ ਸਹਿਯੋਗ